ਉਹ ਰੁਕ ਤੇ ਜਾ, ਕਿੱਥੇ ਬੁਲਟ ਟ੍ਰੇਨ ਵਾਂਗੂ ਭੱਜੀ ਜਾਂਦੀ ਆ, ਗੱਲ ਸੁਣ। ਮੈਡਲਿਫਟ ਛੱਡ ਕੇ ਇੱਥੇ ਕਿਵੇਂ? ਉਹ ਮੈਂ ਤੈਨੂੰ ਦੱਸਣ ਆਇਆ ਮੈਡਲਿਫਟ 'ਤੇ ਵੀਡੀਓ ਕਿਵੇਂ ਲਾਈਕ ਕਰੀ ਦੀ ਹੈ। ਸਕਰੀਨ 'ਤੇ ਦੋ ਵਾਰੀ ਟੱਚ ਕਰਦੀ, ਵੀਡੀਓ ਆਪੇ ਲਾਈਕ ਹੋ ਜੂਗੀ। ਮੇਰੇ ਵਾਲੀ ਕਰਦੀ ਹੋਣਾ ਚੰਗਾ। ਦੇਖੋ ਜੀ, ਇੱਕ ਗੱਲ ਮੈਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੀ ਅੱਜ। ਮੈਨੂੰ ਪੰਜਾਬੀ ਮੁੰਡੇ ਬਹੁਤ ਪਸੰਦ ਆ। ਵਿਆਹ ਕਰਾਊਂਗੀ ਤਾਂ ਮੈਂ ਪੰਜਾਬੀ ਮੁੰਡੇ ਨੇ ਕਰਾਊਂਗੀ। ਇਸ ਲਈ ਮੈਂ ਸਾਰਿਆਂ ਨੂੰ ਕਹਿੰਦਾ ਨਹੀਂ, ਡਬਲ ਟੈਪ ਕਰੋ। ਜਿਹੜਾ ਮੁੰਡਾ ਮੈਨੂੰ ਪਸੰਦ ਆਇਆ ਲਿਸਟ ਵਿੱਚ, ਉਹਨਾਂ ਇੱਕ ਨਾਲ ਮੈਂ ਵਿਆਹ ਕਰਾਊ। ਓਏ ਮੇਰੀ ਕਾਜਲ ਦਾ ਪਤਾ ਤੈਨੂੰ? ਆਹੋ ਸ਼ਾਹਰੁਖ ਖਾਨ ਨਾਲ ਘੁੰਮਣ ਦੀ ਕਾਲ ਦੀ ਪਤਾ ਮਾਂ ਜੀ ਸਟਕ ਲਈ ਮਾਮਾ ਪਹਿਲੇ ਕਿਉਂ ਨਹੀਂ ਦੱਸਿਆ ਮੈਨੂੰ? ਬਈ ਤੁਸੀਂ ਮੈਡਲਿਪ ਛੱਡ ਕੇ ਤੁਹਾਡੇ ਫਾਲੋਅਰ ਜਾਣਨਾ ਚਾਹੁੰਦੇ, ਵਾਪਸ ਆਓਗੇ ਤੁਸੀਂ? ਵੇਖੋ ਜੀ, ਫੋਕਸ ਤਾਂ ਮੇਰਾ ਫੁੱਲ ਟਾਈਮ ਯੂਟਿਊਬ ਦੇ ਉੱਤੇ ਵੇ, ਲੇਕਿਨ ਅਗਰ ਮੇਰੇ ਫਾਲੋਅਰਸ ਚਾਹੁੰਦੇ ਨੇ ਕਿ ਮੈਂ ਵਾਪਸ ਮੈਡਲਿਪ ਜੁਆਇਨ ਕਰਾਂ, ਤਾਂ ਇਸ ਵੀਡੀਓ 'ਤੇ ਡਬਲ ਟੈਪ ਕਰਨ, ਕਮੈਂਟ ਕਰਕੇ ਮੈਨੂੰ ਦੱਸਣ ਕਿ ਮੈਂ ਵਾਪਸ ਜੁਆਇਨ ਕਰਾਂ ਜਾਂ ਨਾ ਕਰਾਂ, ਅਤੇ ਫਿਰ ਮੈਂ ਜ਼ਰੂਰ ਵਾਪਸ ਆਵਾਂਗਾ, ਡੇਲੀ ਇੱਕ ਵੀਡੀਓ ਬਣਾਵਾ ਕਰਾਂਗਾ। ਤੁਹਾਡਾ ਭਲਾ ਹੋ ਜਾਏ, ਡਿੱਗਣ ਲੱਗਾ ਸੀ ਮੈਂ। ਓਏ ਧਿਆਨ ਨਾਲ ਤੁਰਿਆ ਕਰੋ। ਡਿੱਗਣ ਆਪ ਲੱਗਾ ਸੀ ਤੇ ਧਿਆਨ ਨਾਲ ਅਸੀਂ ਤੁਰੀਏ? ਤੁਸੀਂ 3 ਦਿਨਾਂ ਤੋਂ ਵਰਦੀ ਨਹੀਂ ਬਦਲੀ ਹੈ? ਤੁਸੀਂ 6 ਦਿਨਾਂ ਤੋਂ ਵਰਦੀ ਨਹੀਂ ਬਦਲੀ ਸਾਰ? ਇੱਕ ਤੇ ਆ ਫੱਫੇ ਕੁੱਟਣੀ ਮੇਰੇ ਵੱਲ ਦੀ ਗੱਲ ਹੀ ਨਹੀਂ ਕਰਦੀ ਕਦੀ। ਜੱਸਾ ਪਹਿਲੇ 10 ਕੇ 10 ਗੋਲਗੱਪੇ ਆਤੇ ਥੇ, ਫਿਰ 10 ਕੇ 8 ਕਰ ਦੀ, ਅਬ 10 ਕੇ 6 ਹੋ ਗਏ। ਜੱਸਾ ਭਈ ਗੋਲਗੱਪੇ ਵਾਲਾ ਲੂਟ ਮਚਾ ਰੱਖੀ ਹੈ, ਹਮਾਰਾ ਤੋ ਠੀਕ ਹੈ, ਪਰ ਲੜਕਿਓ ਕਿਆ ਹੋਗਾ ਜੋ ਦਿਨ ਰਾਤ ਸਿਰਫ ਖਾਤੀ ਹੈ ਗੋਲਗੱਪੇ ਔਰ ਕੁਛ ਨਹੀਂ।